ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਮੋਗਾ ਵਿੱਚ ਹੋਇਆ ਅਨਕਾਊਂਟਰ ਪੁਲਿਸ ਨੇ ਪਟਿਆਲ ਗਰੁੱਪ ਦੇ ਤਿੰਨ ਗੈਂਗਸਟਰ ਕੀਤੇ ਕਾਬੂ ਅੱਜ ਚੜ੍ਹਦੀ ਸਵੇਰ ਮੁਗਰ ਵਿੱਚ ਪੁਲਿਸ ਤੇ ਗੈਂਗਸਟਰਾਂ ਦੇ ਮੁਕਾਬਲੇ ਵਿਚ ਫਾਇਰਿੰਗ ਹੋਦਰਾਂ ਪੁਲਿਸ ਵੱਲੋਂ ਪਟਿਆਲ ਗਰੁੱਪ ਦੇ ਤਿੰਨ ਗੈਂਗਸਟਰ ਕਾਬੂ ਕੀਤੇ ਜਾਂਦਾ ਪਤਾ ਲੱਗਾ ਹੈ ਘਟਨਾ ਮੁਗਰ ਦੇ ਦੋਦਰ ਤੋਂ ਲੋਪੋ ਰੋਡ ਤੇ ਇੱਕ ਪੈਟਰੋਲ ਪੰਪ ਦੇ ਕੋਲ ਆ ਦੱਸੀ ਜਾ ਰਹੀ ਹੈ ਇਹ ਵੀ ਪਤਾ ਲੱਗਾ ਕਿ ਦੋਹਾਂ ਧਿਰਾਂ ਦੇ ਵਿੱਚ ਕਾਫੀ ਫਾਇਰਿੰਗ ਹੋਈ ਅਤੇ ਪੁਲਸ ਦੰਗਾ ਗੱਡੀਆਂ ਵੀ ਭੰਨੀਆਂ ਦੱਸੀਆਂ ਜਾ ਰਹੀਆਂ ਹਨ ਪੁਲਿਸ ਦੇ ਗੈਂਗਸਟਰਾਂ ਦੇ ਨਾਲ ਹੋਏ ਮੁਕਾਬਲੇ ਦੇ ਮੱਚਾ ਪਟਿਆਲ ਗਰੁੱਪ ਦੇ ਨਾਲ ਸਬੰਧਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਦੇ ਕੋਲੋਂ ਅਸਲਾ ਵੀ ਬਰਾਮਦ ਹੋਇਆ ਤੇ ਇਸ ਸਬੰਧੀ ਪੁਲਿਸ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੀ ਹੈ ਸੀਆਈਏ ਸਟਾਫ ਮੁਗਾ ਤੇ ਵੱਧਨੇ ਪੁਲਿਸ ਦੇ ਵੱਲੋਂ ਕੀਤੀ ਗਈ ਇਸ ਕਾਰਵਾਈ ਦੇ ਦਰਾਂਨ ਲਾਗਲੇ ਪਿੰਡਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਡਰਾਈਵਿੰਗ ਲਾਇਸੈਂਸ ਤੇ ਵਾਹਨਾਂ ਦੀ ਆਰਸੀ ਦਾ ਆਇਆ ਵੱਡਾ ਅਪਡੇਟ ਹੋ ਸਕਦਿਆ ਇਹ ਪਰੇਸ਼ਾਨੀ ਡرائیਵਿੰਗ ਲਾਇਸੈਂਸ ਤੇ ਵਾਹਨਾਂ ਦੇ ਆਰ.ਸੀ ਦੇ ਬੈਕਲੌਗ ਐਂਟਰੀ ਕਰਵਾਉਣ ਦੇ ਬੱਚ ਹੁਣ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਦੱਸਿਆ ਜਾ ਰਿਹਾ ਕਿ ਟ੍ਰਾਂਸਪੋਰਟ ਵਿਭਾਗ ਨੇ ਲਾਇਸੈਂਸ ਅਤੇ ਆਰ.ਸੀ ਦੇ ਬੈਕਲੌਗ ਸੰਬੰਧੀ ਆਨਲਾਈਨ ਅਪਾਇੰਟਮੈਂਟ ਬੰਦ ਕਰ ਦਿੱਤੀ ਹੈ ਆਰ.ਸੀ ਲਾਇਸੈਂਸ ਤੇ ਬੈਕਲੌਗ ਦਾ ਮਤਲਬ ਡਾਕੂਮੈਂਟਸ ਨੂੰ ਆਨਲਾਈਨ ਕਰਨਾ ਹੈ ਪਹਿਲਾ ਲੈਕਤੀ ਦੇ ਵਿੱਚ ਰਜਿਸਟਰ ਤੇ ਆਰ.ਸੀ ਲਾਇਸੈਂਸ ਸੰਬੰਧੀ ਜਾਣਕਾਰੀ ਰੱਖੀ ਜਾਂਦੀ ਸੀ 2018 ਦੇ ਵਿੱਚ ਡਾਕੂਮੈਂਟਰੀ ਨੂੰ ਆਨਲਾਈਨ ਕਰਨ ਦਾ ਸਿਸਟਮ ਸ਼ੁਰੂ ਕਰ ਦਿੱਤਾ ਗਿਆ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਵਾਹਨ ਚਾਰ ਸਾਰਥੀ ਐਪ ਸ਼ੁਰੂ ਕੀਤੀ ਗਈ ਸੀ ਹਾਲਾਂਕਿ ਵਿਭਾਗ ਨੇ ਪਹਿਲਾਂ ਵੀ ਦੋ ਵਾਰ ਆਰਸੀ ਲਾਇਸੈਂਸ ਦਾ ਬੈਕਲੌਗ ਦਾ ਕੰਮ ਬੰਦ ਕਰ ਦਿੱਤਾ ਸੀ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਨੇ ਦੱਸਿਆ ਕਿ ਬੈਕਲੌਗ ਸੰਬੰਧੀ ਫੀਡਬੈਕ ਨਹੀਂ ਮਿਲ ਪਾਰੀ ਸੀ ਅਤੇ ਕੁਝ ਕਮੀਆਂ ਵੀ ਸਾਹਮਣੇ ਆਈਆਂ ਹਨ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਘੰਟਾ ਵਾਲੇ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਖਾਲਿਸਤਾਨ ਗੰਨੇ ਫਿਰ ਕੇ ਰਿਆ ਭਾਰਤੀ ਦੂਤਾਵਾਸ ਤਿਰੰਗੇ ਦਾ ਕੀਤਾ ਅਪਮਾਨ ਭਾਰਤ ਸਰਕਾਰ ਨੂੰ ਚੇਤਾਵਨੀ ਕੈਨੇਡਾ ਵਿੱਚ ਖਾਲਸਤਾਨੀ ਸਮਰਥਕਾਂ ਦਾ ਲਗਾਤਾਰ ਭਾਰਤ ਵਿਰੋਧੀ ਪ੍ਰਦਰਸ਼ਨ ਕਰਿਆਂ ਤਲੰਗੇ ਦਿਨ ਖਾਲਸਤਾਨੀ ਸਮਰਥਕ ਇੱਕ ਵਾਰ ਫਿਰ ਭਾਰਤੀ ਦੂਤਾਵਾਸ ਦੇ ਬਾਹਰ ਇਕੱਠੇ ਹੋਏ ਤੇ ਭਾਰਤ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਤੇ ਐਸਾ ਦਰਨ ਉਹਨਾਂ ਨੇ ਖਾਲਸਤਾਨੀ ਲੀਡਰ ਹਰਜੀਤ ਸਿੰਘ ਅਨਜਰ ਦੇ ਕਤਲ ਦੇ ਮੁੱਦੇ ਦੇ ਨਾਲ ਨਾਲ ਕੈਨੇਡਾ ਦੇ ਵਿੱਚ ਸਥਾਪਿਤ ਹੁਣ ਜਾਰੀ ਹਨੂਮਾਨਜੀਤ ਦੀ ਸਭ ਤੋਂ ਉੱਚੀ ਮੂਰਤੀ ਤੇ ਵੀ ਸਬਾਲ ਖੜੇ ਕੀਤੇ ਕੈਨੇਡਾ ਦੇ ਵਿੱਚ ਰਿਵਰਸ ਇਮੀਗ੍ਰੇਸ਼ਨਾਂ ਹੋਇਆ ਸ਼ੁਰੂ ਛੇ ਮਹੀਨੇ ਦੇ ਵਿੱਚ 42000 ਲੋਕਾਂ ਨੇ ਛੱਡੀ ਨਾਗਰਿਕਤਾ ਕੈਨੇਡਾ ਜਾ ਕੇ ਕੁਝ ਜਾਂ ਵੱਡਾ ਕਰਨ ਦਾ ਸੁਪਨਾ ਹੁਣ ਜ਼ਿਆਦਾਤਰ ਪ੍ਰਵਾਸੀਆਂ ਦਾ ਲਈ ਰੋਜੀ ਰੋਟਿਆ ਤੇ ਬਚਾਅ ਦੀ ਲੜਾਈ ਬਣ ਰਿਆ ਇੱਕ ਪਾਸੇ ਕੈਨੇਡਾ ਦੇ ਵੱਡੇ ਸ਼ਰਨ ਬੇਚਾ ਫਰਾਦਿਆਂ ਅਤੇ ਗੈਂਗਸਟਰਾਂ ਦਾ ਪ੍ਰਭਾਵ ਵਧਣਾ ਸ਼ੁਰੂ ਹੋ ਗਿਆ ਤੇ ਹੱਦ ਦੇ ਨਾਲ ਹੀ ਬੈਂਕ ਦਾ ਵਿਆਜ ਦਰਾਂ ਅਤੇ ਮਕਾਨਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਲੱਗੀਆਂ ਤੇ ਇਸ ਕਾਰਨ ਕੈਨੇਡਾ ਦੇ ਵਿੱਚ ਰਿਵਰਸ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਿਆ ਤੇ ਇਸ ਸਾਲ ਸ਼ੁਰੂਆਤੀ 6 ਮਹੀਨਿਆਂ ਦੇ ਵਿੱਚ 42 ਹਜ਼ਾਰ ਲੋਕਾਂ ਨੇ ਕੈਨੇਡਾ ਦੀ ਸਥਾਈ ਨਾਗਰਿਕਤਾ ਛੜਿਆ ਤੇ ਇਸ ਬੈਚਾ ਭਾਰਤੀ ਤੇ ਗੈਰ ਭਾਰਤੀ ਦੋਵੇਂ ਸ਼ਾਮਲਾਂ ਤੇ 2022 ਦੇ ਬੈਚ ਇਹ ਗਿਣਤੀ 93818 ਸੀਐਮ ਮੰਨ ਦੇ ਰਹਾਇਸ਼ ਕਿਰਨ ਜਾਂਦੇ ਕਾਂਗਰਸੀਆਂ ਤੇ ਪਾਣੀ ਦੀਆਂ ਬਿਛਾੜਾਂ ਹਰਾਸਤ ਬੈਚ ਲੈ ਲੀਡਰ ਪੰਜਾਬ ਦੇ ਬੈਚਾ ਵਿਗੜਦੇ ਅਮਨ ਕਾਨੂੰਨ ਦੇ ਮੁੱਦੇ ਨੂੰ ਲੈ ਕੇ ਜੰंडीगढ़ ਦੇ ਬੈਚਾ ਪ੍ਰਦਰਸ਼ਨ ਕਰੇ ਪੰਜਾਬ ਯੂਥ ਕਾਂਗਰਸ ਦੇ ਬਾਰਕਰਾਂ ਦੇ ਉੱਤੇ ਚੰਡੀਗੜ੍ਹ ਪੁਲਿਸ ਨੇ ਜਲ ਤੋਪਾਨੀ ਵਰਤੋਂ ਕੀਤੀ ਇਹ ਬਾਰਕਰ ਸੈਕਟਰ 15 ਸਥਿਤ ਪੰਜਾਬ ਕਾਂਗਰਸ ਭਵਨ ਤੋਂ ਮੁੱਖ ਮੰਤਰੀ ਦੀ ਰਾਇਸ਼ ਬੱਲ ਜਾਣਾ ਚਾਹੁੰਦੇ ਸਨ ਤੇ ਜਥੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾਣਾ ਸੀ ਪਰ ਉਹਨਾਂ ਨੂੰ ਰੋਕਣ ਦੇ ਲਈ ਚੰਡੀਗੜ੍ਹ ਪੁਲਿਸ ਨੇ ਕਾਂਗਰਸ ਭਵਨ ਨੇੜੇ ਵੈਰੀਕੇੜਾ ਲਗਾ ਦਿੱਤੇ ਸੰਤੇ ਜਥੇ ਪ੍ਰਦਰਸ਼ਨਕਾਰੀਆਂ ਤੇ ਜਲ ਤੋਪਾਨੀ ਵਰਤੋਂ ਕੀਤੀ ਗਈ ਚੰਡੀਗੜ੍ਹ ਪੁਲਿਸ ਬਾਰਕਰਾਂ ਨੂੰ ਹਿਰਾਸਤ ਵਿੱਚ ਲੈ ਕੇ ਗਈ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਖੜੇ ਕੀਤੇ ਹੱਥ ਅਵਿਰੋਧੀਆਂ ਦੇ ਨਿਸ਼ਾਨੇ ਤੇ ਸੁਖਬੀਰ ਬਾਦਲ ਦੇ ਮੁਆਫੀ। ਜੀ ਆਂ ਦੋਸਤੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ 193ਵੇਂ ਸਥਾਪਨਾ ਦਿਵਸ ਮੌਕੇ ਸ਼੍ਰੀ ਅਕਾਲ ਤਖਤ ਸਹਿਬ ਉਤੇ ਆਪਣੇ ਕਾਰਜਕਾਲ ਦੇ ਦੌਰਾਨ ਹੋਈਆਂ ਬੀਆਰਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਨੂੰ ਲੈ ਕੇ ਜਿੱਥੇ ਸਿੱਖ ਸੰਗਤ ਤੋਂ ਮੁਆਫੀ ਮੰਗੀ ਗਿਆ ਤੇ ਉੱਤੇ ਹੀ ਇਸ ਮੁੱਦੇ ਦੇ ਉੱਤੇ ਸਿਆਸਤ ਵੀ ਗਰਮਾਈ ਹੋਈ ਹੈ ਅਗਲੇ ਸਾਲ 2024 ਦੇ ਬੈਚ ਚ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਹਨ ਤੇ ਇਹ ਪਹਿਲੀ ਵਾਰ ਹੋਵੇਗਾ ਜਦੋਂ 1990 ਤੋਂ ਬਾਅਦ ਲਗਭਗ 33 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਬਿਨਾਂ ਕਿਸੇ ਕੇਂਦਰ ਦੇ ਪਾਰਟੀ ਦੇ ਮਾਧਾ ਤੋਂ ਲੋਕ ਸਭਾ ਦੀ ਚੋਣਾਂ ਵਿੱਚ ਸ਼ਾਮਲ ਹੋਣਗੇ ਮੈਂ ਚੰਨੀ ਨੂੰ ਵੀ ਕਹਿ ਸਿੱਕੇ ਚੰਗਾ ਕੰਮ ਕਰੋਗੇ ਤਾਂ ਜਿੱਤਾਂਗੇ ਪਰ ਉਹ ਨਹੀਂ ਮੰਨੇ ਨਵਜੋਤ ਸਿੱਧੂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਕਾਂਗਰਸ ਆਗੂ ਸਰਗਰਮ ਹੋ ਗਏ ਅਤੇ ਸਿੱਧੂ ਨੇ ਕਹਿ ਕੇ ਪੰਜਾਬ ਨੂੰ ਚੰਗੇ ਕਰਤਾਰ ਵਾਲੇ ਲੋਕਾਂ ਨੂੰ ਲੋੜ ਹੈ ਉਹਨਾਂ ਦਾ ਕਹਿਣਾ ਹੈ ਕਿ ਸੋ ਕਬੀਰਾ ਸਿੰਘਾ ਬਾਦਲ ਨੇ ਮਾਫੀ ਮੰਗ ਕੇ ਸਾਬਤ ਕਰ ਦਿੱਤਾ ਕਿ ਉਹਨਾਂ ਨੇ ਗੁਨਾਹ ਕੀਤਾ ਹੈ। ਕੈਪਟਨ ਨੇ ਪੰਜਾਬ ਨੂੰ ਵੀ ਲੁੱਟਿਆ ਤੇ 73 ਰਣ ਸਿੱਧੂ ਨੇ ਕਹਿ ਕੇ ਮੈਂ ਚੰਨੀ ਨੂੰ ਕਹਿ ਸੀ ਕਿ ਜੇਕਰ ਤੁਸੀਂ ਚੰਗਾ ਰਾਜ ਕਰੋਗੇ ਤਾਂ ਕਾਂਗਰਸ ਫਿਰ ਜਿੱਤੇਗੀ ਪਰ ਉਹ ਵੀ ਨਹੀਂ ਮੰਨੇ ਨਵਜੋਤ ਸਿੰਘਾ ਸਿੱਧੂ ਨੇ ਕਹਿ ਕੇ ਮੱਖ ਮੰਤਰੀ ਮਾਨ ਸਿਰਫ ਆਪਣਾ ਘਰ ਪਰਨ ਦੇ ਵਿੱਚ ਰੁੱਝੇ ਹੋਏ ਹਨ ਤੇ ਸਿੱਧੂ ਨੇ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨਾ ਸਾਧਿਆ ਹੋਇਆ ਕਹਿ ਕੇ ਰੰਗਲਾ ਪੰਜਾਬ ਕਹਿਣ ਵਾਲਿਆਂ ਨੇ ਇਸ ਨੂੰ ਕੰਗਲਾ ਪੰਜਾਬ ਬਣਾ ਕੇ ਰੱਖ ਦਿੰਦਾ ਹੈ CRPF ਦੇ ਵਿੱਚ 10ਵੀਂ ਪਾਸ ਦੇ ਲਈ ਨੌਕਰੀ ਕਰਨ ਦਾ ਸੁਨਰੀ ਮੌਕਾ 3000 ਤੋਂ ਬਾਅਦ ਅਸਾਮੀਆਂ ਤੇ ਭਰਤੀ ਕੇਂਦਰੀ ਰਿਜ਼ਰਵ ਪੁਲਿਸ ਵੱਲ CRPF ਵਿੱਚ ਨੌਕਰੀਆਂ ਦੀ ਭਾਲ ਕਰੇ 912 ਦੇ ਲਈ ਇੱਕ ਚੰਗਾ ਮੌਕਾ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਵੱਲੋਂ SSC GD 2023 ਭਾਰਤ ਦੇ ਤਹਿਤ CRPF ਦੇ ਵਿੱਚ ਕਾਂਸਟੇਬਲਾਂ ਦੀਆਂ ਅਸਾਮੀਆਂ ਨੂੰ ਭਰਨ ਜਾ ਰਿਹਾ ਜੋ ਇਹਨਾਂ ਅਸਾਮੀਆਂ ਦੇ ਲਈ ਅਪਲਾਈ ਕਰਨ ਦੇ ਜੋਇਨਾ ਬਣਾ ਰਹੇ ਹਨ ਤੇ ਉਹ ਅਧਿਕਾਰਤ ਵੈਬਸਾਈਟ ssc.nic.in ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ ਉਮੀਦਵਾਰ CRPF ਕਾਂਸਟੇਬਲ ਦੀਆਂ ਇਹਨਾਂ ਅਸਾਮੀਆਂ ਦੇ ਲਈ 31 ਦਸੰਬਰ ਨੂੰ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ ਤੁਸੀਂ ਬੈਂਕ ਦਾ ਸੇਵਿੰਗ ਅਕਾਊਂਟ ਵਿੱਚ ਕਿੰਨੇ ਪੈਸੇ ਕਰ ਸਕਦੇ ਹੋ ਜਮਾ ਬ्याज ਤੇ ਕਿੰਨਾ ਦੇਣਾ ਪਵੇਗਾ ਟੈਕਸ ਅਜੋਕੇ ਸਮੇਂ ਦੇ ਵਿੱਚ ਦੇਖਦੇ ਹਰ ਇੱਕ ਵਿਅਕਤੀ ਦਾ ਬੈਂਕ ਦਾ ਖਾਤਾ ਅਤੇ ਬੈਂਕ ਦਾ ਖਾਤੇ ਕਈ ਤਰ੍ਹਾਂ ਦੇ ਹੁੰਦੇ ਹਨ ਤੇ ਇਹਨਾਂ ਦੇ ਵਿੱਚੋਂ ਇੱਕਾ ਬਚਤ ਦਾ ਖਾਤਾ ਹੈ ਤੇ ਇਹ ਉਹ ਖਾਤਾ ਹੈ ਜੋ ਕਿ ਸਭ ਤੋਂ ਵੱਧ ਆ ਖੋਲਿਆ ਜਾਂਦਾ ਲੋਕ ਆਮ ਤੌਰ ਤੇ ਆਪਣੀ ਬਚਤ ਨੂੰ ਬਚਤਾਂ ਖਾਤਨ ਵਿੱਚ ਰੱਖਦੇ ਹਨ ਤੁਸੀਂ ਜਿੰਨੇ ਚਾਹ ਬਚਤਾਂ ਖਾਤੇ ਖੋਲ ਸਕਦੇ ਤੇ ਇਨਾਂ ਹੀ ਨਹੀਂ ਬਚਤਾਂ ਖਾਤੇ ਸੀਵਿੰਗ ਅਕਾਊਂਟ ਲਿਮਟ ਵਿੱਚ ਪੈਸੇ ਜਮ੍ਹਾਂ ਕਰਨ ਦੀ ਕੋਈ ਸੀਮਾ ਨਹੀਂ ਹੈ ਜਾਨੀ ਕਿ ਤੁਸੀਂ ਆਪਣੇ ਬਚਤਾਂ ਖਾਤੇ ਵਿੱਚ ਜਿੰਨੀ ਵੀ ਰਕਮ ਜਮ੍ਹਾਂ ਕਰਵਾ ਸਕਦੇ ਇਨਕਮ ਟੈਕਸ ਐਕਟ ਜਾਂ ਬੈਂਕਾਂ 'ਗੱਨਾ ਨਾਇਮਾ ਦੇ ਬੱਚਾ ਬੱਚਾ ਤਾਂ ਖਾਤਰ ਵਿੱਚ ਪੈਸੇ ਜਮ੍ਹਾਂ ਕਰਨ ਦੀ ਕੋਈ ਸੀਮਾ ਨਿਰਧਾਰਤ ਨਹੀਂ ਹੈ ਹਾਂ ਇਹ ਪੱਕਾ ਹੈ ਕਿ ਜੇਕਰ ਤੁਸੀਂ ਇੱਕ ਵਿੱਤੀ ਸਾਲ ਦੇ ਵਿੱਚ ਆਪਣੇ ਬੱਚਾ ਤਾਂ ਖਾਤਰ ਵਿੱਚ 10 ਲੱਖ ਰੁਪਏ ਤੋਂ ਵੱਧ ਦੀ ਨਗਦ ਜਮ੍ਹਾਂ ਕਰਦੇ ਹੋ ਤਾਂ ਬੈਂਕ ਨਹਿਜਾ ਤੌਰ ਤੇ ਆਮਦਨ ਕਰ ਵਿਭਾਗ ਨੂੰ ਇਸ ਬਾਰੇ ਸੂਚਿਤਤਾ ਕਰੇਗਾ ਤੇ ਇਨਕਮ ਟੈਕਸ ਐਕਟ 1961 ਦੀ ਧਾਰਾ 285 ਬੀਏ ਦੇ ਮੁਤਾਬਕਾ ਬੈਂਕਾਂ ਦੇ ਲਈ ਇਹ ਜਾਣਕਾਰੀ ਦੇਣਾ ਲਾਜ਼ਮੀ ਕੀਤਾ ਗਿਆ ਹੈ ਇਨਕਮ ਟੈਕਸ ਵਿਭਾਗ ਤੁਹਾਨੂੰ ਨੋਟਿਸ ਜਾਰੀ ਕਰ ਸਕਦਾ ਜੇਕਰ ਬਚਤਾਂ ਖਾਤੇ ਦੇ ਵਿੱਚ ਰੱਖੀ ਗਈ ਨਕਦੀ ਤੁਹਾਡੇ ਆਈਟੀਆਰ ਦੇ ਵਿੱਚ ਦਿੱਤੀ ਗਈ ਜਾਣਕਾਰੀ ਦੇ ਨਾਲ ਮੇਲ ਨਹੀਂ ਖਾਂਦੀ ਵਿਆਜ ਤੇ ਦੇਣਾ ਪੈਂਦਾ ਟੈਕਸ ਆਈਟੀਆਰ ਫਾਈਲ ਕਰਦੇ ਸਮੇ ਇਨਕਮ ਟੈਕਸ ਦਾ ਤੁਹਾਨੂੰ ਆਪਣੇ ਬਚਤਾਂ ਖਾਤੇ ਦੇ ਵਿੱਚ ਜਮ੍ਹਾਂ თან੍ਹ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਆ ਤੁਹਾਡੇ ਬਚਤਾਂ ਖਾਤੇ ਦੇ ਡਿਪੋਜ਼ਿਟ ਤੋਂ ਜੋ ਵਿਆਜ ਤੁਸੀ ਪ੍ਰਾਪਤ ਕਰਦੇ ਹੋ ਤੇ ਉਹ ਤੁਹਾਡੀ ਆਮਦਨ ਵਿੱਚ ਆ ਜੋੜਿਆ ਜਾਂਦਾ ਤੇ ਵਿਆਜ ਉਤੇ ਆਮਦਨਾਂ ਟੈਕਸ ਲਗਾਇਆ ਜਾਂਦਾ ਤੇ ਬੈਂਕ ਵਿਆਹ ਤੇ 10% ਦੇ ਟੀਡੀਐਸ ਸਾ ਕੱਟਦਾ ਬਚਿਆ ਤਾਂ ਖਾਤੇ ਤੋਂ ਪ੍ਰਾਪਤ ਕੀਤੇ ਗਏ ਵਿਆਜ ਤੇ ਵੀ ਟੈਕਸ ਦਾ ਕਟੌਤੇ ਪ੍ਰਾਪਤ ਕੀਤੇ ਜਾ ਸਕਦੇ ਇਨਕਮ ਟੈਕਸ ਐਕਟ ਦੀ ਧਾਰਾ 80TT A ਦੇ ਅਨੁਸਾਰ ਸਾਰੇ ਵਿਅਕਤੀ 10000 ਰੁਪਏ ਤੱਕ ਦੇ ਟੈਕਸ ਛੂਟ ਪ੍ਰਾਪਤ ਕਰ ਸਕਦੇ ਹਨ ਸੋਨੇ ਤੇ ਚਾਂਦੀ ਖਰੀਦਣ ਦਾ ਵਧੀਆ ਮੌਕਾ ਕੀਮਤਾਂ ਦੇ ਵਿੱਚ ਆਈ ਜਬਰਦਸਤ ਗਰਾਵਟ ਸੋਨੇ ਤੇ ਚਾਂਦੀ ਨਾਲ ਕੀਮਤਾਂ ਦੇ ਵਿੱਚ ਲਗਾਤਾਰ ਉਤਰਾ ਚੜ੍ਹਾ ਦੇਖਣ ਨੂੰ ਮਿਲ ਰਿਹਾ ਹਫਤੇ ਦੀ ਸ਼ੁਰੂਆਤ ਦੇ ਵਿੱਚ ਇਹਨਾਂ ਨਾਲ ਕੀਮਤਾਂ ਦੇ ਵਿੱਚ ਭਾਰੀ ਗਰਾਵਟ ਦੇਖਣ ਨੂੰ ਮਿਲ ਰਹੀ ਆ ਭਾਰਤ ਵਿੱਚ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 62510 ਰੁਪਏ ਜਦੋਂ ਕਿ ਕੱਲ੍ਹ ਦੀ ਕੀਮਤ 63000 ਰੁਪਏ ਸੀ ਦੂਜੀ ਤਰਫ ਚਾਂਦੀ ਦੀ ਕੀਮਤ ਵਿੱਚ ਵੀ ਗਰਾਵਟ ਦੇਖਣ ਨੂੰ ਮਿਲ ਪਾਰੀ ਹੈ ਅੱਜ 1 ਕਿਲੋਗ੍ਰਾਮ ਚਾਹਨੇ ਦੀ ਕੀਮਤ 77700 ਰੁਪਏ ਪ੍ਰਤੀ 1 ਕਿਲੋਗ੍ਰਾਮ ਹੈ ਜੋ ਕਿ ਕੱਲ 78500 ਰੁਪਏ ਹੀ ਸੀ